BSPCL ਵਿਭਾਗ ਦੇ ਮੌਜੂਦਾ ਅਤੇ ਰਿਟਾਇਰ ਕਰਮਚਾਰੀਆਂ ਵੱਲੋਂ ਅੱਜ ਗ੍ਰੀਨ ਡ੍ਰੀਮਸ ਨਾਮ ਦੀ ਮੁਹਿੰਮ ਚਲਾਏਗੀ, ਜਿਸ ਤਹਿਤ ਤੁਸੀਂ ਵੇਖ ਰਹੇ ਹੋ ਜੋ ਊਰਜਾ ਪਾਰਕ ਫਾਜ਼ਿਲਕਾ ਦੇ PSPCL ਵਿਭਾਗ ਵਿੱਚ ਬਣਿਆ ਹੈ। ਇਹ PSPCL ਦੇ ਕਾਮਿਆਂ ਵੱਲੋਂ ਬਣਾਇਆ ਗਿਆ ਹੈ, ਜੋ ਕਿ ਬਹੁਤ ਵਧੀਆ ਅਤੇ ਤਾਰੀਫ ਦੇ ਲਾਇਕ ਹੈ। ਇਸ ਤੋਂ ਬਾਅਦ ਉਹ ਰਿਟਾਇਰ PSPCL ਦੇ JEE 1, SDO ਅਤੇ SDO 1 ਵਿਭਾਗ ਵੱਲੋਂ ਮੌਜੂਦਾ ਕਰਮਚਾਰੀਆਂ ਨਾਲ ਮਿਲ ਕੇ ਅੱਜ ਪੌਦੇ ਲਗਾਏ ਗਏ, ਟ੍ਰੀ ਗਾਰਡ ਲਗਾਏ ਗਏ ਅਤੇ ਲੋਕਾਂ ਨੂੰ ਕੀ ਸੁਨੇਹਾ ਦਿੱਤਾ ਗਿਆ, ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ। ਕਿਸ ਤਰ੍ਹਾਂ ਦੀ ਮੁਹਿੰਮ ਦੀ ਅੱਜ ਸ਼ੁਰੂਆਤ ਕੀਤੀ ਗਈ? ਅੱਜ ਅਸੀਂ ਦਫ਼ਤਰ ਵਿਖੇ ਵਰਿਕਸ਼ਾਰੋਪਣ ਕੀਤਾ ਹੈ। ਇਹਦੇ 'ਚ ਸਾਡੇ ਰਿਟਾਇਰਡ ਮੁਲਾਜ਼ਮਾਂ ਦਾ ਅਤੇ ਸਾਰੇ ਪ੍ਰੈਜੈਂਟ ਇੰਪਲੋਈਜ਼ ਦਾ ਸਹਿਯੋਗ ਹੈ। ਅਸੀਂ ਇਹ ਵਰਿਕਸ਼ ਲਗਾਉਣਾ ਚਾਹੁੰਦੇ ਹਾਂ ਵੀ ਅੱਜ ਤੋਂ ਕਾਫੀ ਸਾਲ ਬਾਅਦ, 20 ਸਾਲ 25 ਸਾਲ ਬਾਅਦ ਵੀ ਸਾਨੂੰ ਕੋਈ ਛਾਂ ਮਿਲਦੀ ਰਹੇ। ਇਸ ਟਾਈਮ ਇੰਨੀ ਗਰਮੀ ਵੱਧ ਚੁੱਕੀ ਹੈ, ਅੱਗੇ ਵਾਤਾਵਰਨ ਹੋਰ ਗਰਮ ਹੋ ਰਿਹਾ ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਉਸ ਚੀਜ਼ ਨੂੰ ਕੰਟਰੋਲ ਕਰੀਏ, ਹੋਰ ਗ੍ਰੀਨਰੀ ਵਧਾਈਏ। ਅਤੇ ਇਸ ਮੁਹਿੰਮ ਦਾ ਨਾਮ ਸਾਡੇ ਦਾ ਹੈਗਾ ਵੀ ਗ੍ਰੀਨ ਡ੍ਰੀਮ। ਸਾਡਾ ਸਪਨਾ ਹੈ ਵੀ ਅਸੀਂ ਇਸ ਧਰਤੀ ਨੂੰ ਹਰਾ ਭਰਾ ਬਣਾਈਏ। ਗ੍ਰੀਨ ਗਾਂਧੀ ਨਗਰ ਦੀ ਟੀਮ ਵੀ ਆਈ ਹੈ, ਉਹਨਾਂ ਦਾ ਸ਼ੋਅ ਕਿਵੇਂ ਰਿਹਾ ਜੀ? ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਹੈ ਜੀ, ਟ੍ਰੀਜ਼ ਪ੍ਰੋਕਿਓਰ ਕਰਨ 'ਚ, ਟ੍ਰੀ ਗਾਰਡਸ ਪ੍ਰੋਕਿਓਰ ਕਰਨ 'ਚ, ਅਤੇ ਉਹਨਾਂ ਦਾ ਪੂਰਾ ਸਹਿਯੋਗ ਹੈ ਸਾਡੇ ਨਾਲ, ਅੱਜ ਉੱਥੇ ਪ੍ਰੈਜੈਂਟ ਨੇ ਇੱਥੇ ਵੀ। ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ। ਇੱਕ ਮੁਹਿੰਮ ਵਿੱਢੀ ਗਈ ਹੈ ਗ੍ਰੀਨ ਡ੍ਰੀਮ, ਇਹ ਕਿਵੇਂ ਆਈਡੀਆ ਆਇਆ ਜੀ? ਇਹ ਸਾਡੇ ਗੁੰਬਰ ਸਾਹਿਬ ਦਾ ਜ਼ਿਆਦਾ ਯੋਗਦਾਨ ਹੈ, ਇਹਨਾਂ ਨੇ ਸ਼ੁਰੂਆਤ ਕੀਤੀ ਹੈ। ਇਹਨਾਂ ਨੇ ਇਹਨਾਂ ਵੱਲੋਂ ਉਪਰਾਲਾ ਕਰਨ ਨਾਲ ਹੀ ਹੌਲੀ ਹੌਲੀ, ਪਹਿਲਾਂ ਅਸੀਂ 2 ਜਣੇ ਸੀਗੇ, ਫਿਰ 4 ਜਣੇ, 8-10 ਜਣੇ ਹੋ ਗਏ। ਅਸੀਂ ਇੱਕ ਗਰੁੱਪ ਵੀ ਬਣਾਇਆ ਹੋਇਆ ਹੈ ਜਿਨ੍ਹਾਂ ਦੇ ਵਿੱਚ ਅਸੀਂ ਬਹੁਤ ਜਣਿਆਂ ਨੂੰ ਸ਼ਾਮਿਲ ਕਰ ਲਿਆ, ਸਾਰੇ ਸਹਿਯੋਗ ਕਰਦੇ ਆ, ਇਕੱਲੇ ਰਿਟਾਇਰੀ ਨੇ। ਇਹਦੇ ਵਿੱਚ ਜਿਹੜੇ ਕਰਮਚਾਰੀ ਇਸ ਵੇਲੇ ਮੌਜੂਦ ਨੇ PSPCL ਦੇ, ਉਹ ਵੀ ਨਾਲ ਸਹਿਯੋਗ ਕਰ ਰਹੇ ਆ। ਤੁਸੀਂ ਵੇਖਿਆ ਹੋਣਾ ਕਿ ਆ ਜਿੰਨੇ ਵੀ ਆ ਟ੍ਰੀ ਗਾਰਡ ਹੈਗੇ ਆ, ਸੀਮੈਂਟਡ, ਇਹ ਬਹੁਤ ਭਾਰੇ ਆ, ਅਤੇ ਸਾਰੇ ਉਹਨਾਂ ਨੇ ਜੇਈ ਸਾਹਿਬਾਨ ਵੀ ਲੱਗੇ ਹੋਏ ਸੀਗੇ, ਸਹਾਇਕ ਲਾਈਨਮੈਨ ਵੀ ਲੱਗੇ ਹੋਏ ਸੀਗੇ, ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਕੰਮ ਹੋ ਰਿਹਾ ਹੈ। ਇਕੱਲੇ ਅਸੀਂ ਪਾਲੀਏ ਇਹ ਐਂ ਨਹੀਂ ਪਾਲ ਸਕਦੇ ਗੇ, ਜਿੰਨਾ ਚਿਰ ਸਾਨੂੰ ਦਫ਼ਤਰੀ ਸਹਿਯੋਗ ਨਹੀਂ ਮਿਲਦਾ ਗਾ। ਪਰ ਅਸੀਂ ਆਪਦਾ ਇਹੀ ਟੀਚਾ ਰੱਖਿਆ ਹੋਇਆ ਕਿ ਹਰ ਰੋਜ਼ ਸ਼ਾਮ ਨੂੰ 6 ਵਜੇ 5 ਵਜੇ ਘੰਟਾ 2 ਘੰਟੇ ਇਹਨਾਂ ਬੂਟਿਆਂ ਨੂੰ ਲਾ ਕੇ ਬੂਟਿਆਂ 'ਤੇ, ਅਤੇ ਇਹਨਾਂ ਨੂੰ ਪਾਲਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਸਰ, ਕਿਸ ਤਰ੍ਹਾਂ ਦੀ ਮੁਹਿੰਮ ਸ਼ੁਰੂ ਕੀਤੀ ਗਈ? ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਜੂਨ ਦਾ ਮਹੀਨਾ ਸ਼ੁਰੂ ਹੁੰਦਾ ਹੈ ਜਾਂ ਪਰਿਆਵਰਨ ਦਿਵਸ ਆਉਂਦਾ ਹੈ, ਤਾਂ ਸਾਡਾ ਟੋਟਲੀ ਸਮਾਜ ਜਾਂ ਸਾਡਾ ਜਿਹੜਾ ਆਸਾ ਪਾਸਾ ਹੈ ਉਹ ਇਸ ਰੱਟ 'ਤੇ ਰੱਟਣਾ ਸ਼ੁਰੂ ਕਰ ਦਿੰਦਾ ਕਿ ਵਾਤਾਵਰਨ ਬਚਾਓ, ਬੂਟੇ ਲਗਾਓ, ਹੈ। ਪਰ ਪ੍ਰੈਕਟੀਕਲੀ ਜਿਹੜਾ ਹੈਗਾ ਉਹਨੂੰ ਕੋਈ ਅਮਲ ਨਹੀਂ ਦਿੱਤਾ ਜਾਂਦਾ। ਅਸੀਂ ਕੁਛ ਸਾਥੀਆਂ ਨੇ ਰਲ ਕੇ, ਜਿਹਦੇ ਵਿੱਚ ਕੁਛ ਸਾਡੇ PSPCL ਦੇ ਰਿਟਾਇਰਡ ਸਾਥੀ ਹੈ, ਕੁਛ ਥਾਵਾਂ ਦੇ ਮੈਂਬਰ ਹੈ, ਅਸੀਂ ਇੱਕ ਗ੍ਰੀਨ ਡ੍ਰੀਮਸ ਜਿਹੜਾ ਹੈਗਾ ਨਾਮ ਦੀ ਸੰਸਥਾ ਕਾਇਮ ਕਰਨ ਜਾ ਰਹੇ ਹੈਗੇ ਹਾਂ। ਉਹ ਸੰਸਥਾ ਦੇ ਤਹਿਤ ਹੀ ਅਸੀਂ ਜਿਹੜੇ ਅੱਜ ਬੂਟੇ ਲਾਉਣ ਦਾ ਜਿਹੜਾ ਕੰਮ ਸ਼ੁਰੂ ਕੀਤਾ, ਅਤੇ ਅਸੀਂ ਇਹ ਸਾਰੇ ਸਾਥੀਆਂ ਨੇ ਪ੍ਰਣ ਕੀਤਾ ਵੀ ਅਸੀਂ ਇਕੱਲੇ ਬੂਟੇ ਲਾਉਣੇ ਨਹੀਂ ਅਤੇ ਅਸੀਂ ਇਹਨਾਂ ਨੂੰ ਪਾਲਣਾ ਵੀ ਹੈ। ਅਤੇ ਤੁਸੀਂ ਇਸ ਗੱਲ ਦਾ ਗਵਾਹ ਹੋ ਗਏ, ਜਦੋਂ ਅਗਲੇ ਸਾਲ ਜਦੋਂ ਇਹ ਜੂਨ ਮਹੀਨਾ ਆਊਗਾ, ਇਨਵਾਇਰਮੈਂਟ ਡੇ ਆਊਗਾ, ਤੁਹਾਨੂੰ ਇਹ ਬੂਟੇ ਲੈ ਕੇ ਹਰੇ ਭਰੇ ਲਗਾਉਂਦੇ ਨੇ। ਕੀ ਕਹਿਣਾ ਜੋ ਅੱਜ ਗ੍ਰੀਨ ਟ੍ਰੇਨ ਮੁਹਿੰਮ ਸ਼ੁਰੂ ਕੀਤੀ ਗਈ ਜੀ? ਇਹਦੇ ਸੰਬੰਧ ਦੇ ਵਿੱਚ ਤਾਂ ਬਹੁਤ ਸਭ ਜ਼ਰੂਰਤ ਹੈ, ਜੋ ਗਲੋਬਲਾਈਜੇਸ਼ਨ ਆ ਰਿਹਾ, ਜੋ ਵਾਤਾਵਰਨ ਦੇ ਵਿੱਚ ਖਲਾਅ ਪੈਦਾ ਹੋ ਰਿਹਾ, ਉਹਦੇ ਵਾਸਤੇ ਬਹੁਤ ਜ਼ਰੂਰੀ ਹੈ। ਸਰਕਾਰਾਂ ਤਾਂ ਜਿੱਥੇ ਜ਼ੋਰ ਲਾ ਰਹੀਆਂ, ਲਗਾਤਾਰ ਉਹ ਲਾ ਰਹੀਆਂ, ਪਰ ਉਹਦੇ ਨਾਲ ਸੰਸਥਾਵਾਂ ਨੇ ਵੀ ਇਸ ਸਾਲ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਜ਼ੋਰ ਲਗਾਇਆ। ਸਾਡੀ ਇਹ ਸੰਸਥਾ ਦੇ ਵਿੱਚ ਤਾਂ ਜਿੰਨੀਆਂ ਸਾਡੀਆਂ ਟ੍ਰੇਡ ਯੂਨੀਅਨਾਂ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੀਆਂ ਰਹੀਆਂ, ਉਹ ਦੱਸ ਵਾਤਾਵਰਨ ਦੇ ਉੱਤੇ ਵੀ ਕਾਫੀ ਉਹਦੇ 'ਚ ਕੰਮ ਹੋਇਆ। ਸਾਡੀਆਂ ਜਿੰਨੀਆਂ ਵੀ ਇੱਥੇ ਟ੍ਰੇਡ ਯੂਨੀਅਨ ਸਾਰਿਆਂ ਨੇ ਵੱਖਰੇ ਵੱਖਰੇ ਪਾਰਕ ਬਣਾਏ ਆ, ਉਹਨਾਂ ਦੇ ਵਿੱਚ ਬਹੁਤ ਸਾਰੇ ਬੂਟੇ ਆਲਰੇਡੀ ਪਹਿਲਾਂ ਵੀ ਉੱਥੇ ਲੱਗੇ ਹੈ। ਹੁਣ ਕਾਫੀ ਵੱਡੀ ਗਿਣਤੀ ਦੇ ਵਿੱਚ ਅਸੀਂ ਸਾਰੇ ਰਲ ਕੇ ਅਸੀਂ ਇਕੱਠੇ ਹੋ ਕੇ ਬੂਟੇ ਲਗਾ ਰਹੇ ਹਾਂ ਨਵੇਂ, ਔਰ ਉਹ ਬੂਟੇ ਸਾਰੇ ਛਾਂਦਾਰ, ਫਲਦਾਰ, ਇਸ ਤਰ੍ਹਾਂ ਦੇ ਬੂਟੇ ਹੋਣਗੇ ਜਿਹੜੇ ਵੱਧ ਤੋਂ ਵੱਧ ਆਕਸੀਜਨ, ਜਿਵੇਂ ਪਿੱਪਲ ਹੈ,
ਦਿਨ ਰਾਤ ਆਕਸੀਜਨ ਦਿੰਦਾ। ਇਸ ਤਰ੍ਹਾਂ ਦੇ ਬੂਟੇ ਨਿੰਮ ਹੈ, ਪਿੱਪਲ ਹੈ, ਟਾਹਲੀ ਹੈ, ਇਸ ਤਰ੍ਹਾਂ ਦੇ ਬੂਟੇ ਜਿਹੜੇ ਲਾ ਰਹੇ ਹਾਂ ਔਰ ਇਹਨਾਂ ਨੂੰ ਅਸੀਂ ਵੱਡਾ ਵੀ ਕਰਨਾ ਹੈ। ਅੱਗੇ ਵੀ ਕਾਫੀ ਬੂਟੇ ਆ, ਨਾਲ ਪਾਰਕ, ਊਰਜਾ ਪਾਰਕ ਬਣਿਆ, ਤੁਸੀਂ ਉਹਦੀ ਜ਼ਰੂਰ ਤਸਵੀਰ ਲੈ ਕੇ ਜਾਇਆ ਜੇ ਤਾਂ ਕਿ ਇੱਕ ਸਾਡਾ ਦਫ਼ਤਰ ਜਿਹੜਾ ਬਿਜਲੀ ਬੋਰਡ ਦਾ ਦਫ਼ਤਰ ਹੈ ਇੱਕ ਮਾਡਲ ਬਣੇ, ਜਿਹੜਾ ਹੋਰ ਦਫ਼ਤਰਾਂ ਦੇ ਵਿੱਚ ਜਿਹੜੇ ਮੁਲਾਜ਼ਮ ਸਾਡੇ ਵੀਰ ਕੰਮ ਕਰਦੇ ਹੈ ਉਹ ਇਸ ਗੱਲ ਦੀ ਸ਼ਰਮ ਨਾ ਕਰੇ ਵੀ ਅਸੀਂ ਰੁੱਖ ਨੂੰ ਪਾਣੀ ਪਾਉਣਾ। ਮੈਂ ਤਾਂ ਇਸ ਪੋਸਟ 'ਤੇ ਲੱਗਿਆ, ਮੈਂ ਤਾਂ ਇਸ ਪੋਸਟ 'ਤੇ ਲੱਗਿਆ, ਸਾਡਾ ਹਰ ਬੰਦਾ ਚਾਹੇ ਅਸੀਂ ਉਹ ਤੋਂ ਐਕਸ਼ਨ ਤੱਕ ਜਿਹੜੀ ਵੀ ਜਗ੍ਹਾ ਕਰੇ ਅਸੀਂ ਪਾਣੀ ਵੀ ਪਾਉਂਦੇ ਹਾਂ, ਬੂਟੇ ਵੀ ਵੱਡੇ ਕਰਨੇ। ਬਹੁਤ ਟ੍ਰੀ ਪਲਾਂਟੇਸ਼ਨ ਵੈਸੇ ਮੇਰੇ ਦੋਸਤਾਂ ਨੇ ਜਿਹੜੇ ਨਾਲਦੇ ਨੇ ਗ੍ਰੀਨ ਟੀਮ ਬਾਰੇ ਤੁਹਾਨੂੰ ਕਲੀਅਰ ਕਰ ਦਿੱਤਾ, ਪਰ ਇੱਕ ਗੱਲ ਅਸੀਂ ਜ਼ਰੂਰ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਪ੍ਰੈਕਟੀਕਲ ਕੰਮ ਕਰਨਾ ਚਾਹੁੰਦੇ ਹਾਂ ਔਰ ਜਿਹੜਾ ਸਾਡਾ ਸਾਰਾ ਰਿਸ਼ਤਾ ਕੁਦਰਤ ਦੇ ਨਾਲ ਉਹ ਟੁੱਟਦਾ ਜਾ ਰਿਹਾ। ਅਸੀਂ ਕੋਸ਼ਿਸ਼ ਕਰਾਂਗੇ ਇਨਵਾਇਰਮੈਂਟ ਵਧੀਆ ਕਰਕੇ ਵੀ ਸਾਡਾ ਰਿਸ਼ਤਾ ਜਿਹੜਾ ਸਾਹ ਦਾ ਟੁੱਟਿਆ ਹੋਇਆ ਉਹਨੂੰ ਜੁੜਨ ਦੀ ਕੋਸ਼ਿਸ਼ ਕਰੀਏ, ਕਿਉਂਕਿ ਕੋਵਿਡ ਸੀਜ਼ਨ ਦੇ ਦੌਰਾਨ ਆਕਸੀਜਨ ਦੀ ਵੱਡੀ ਘਾਟ ਆਈ ਸੀ, ਹੁਣ ਵੀ ਜਿਹੜੀ ਗਰਮੀ ਆਈ ਆ ਹਰ ਸਾਰੇ ਜਿਹੜੇ ਸੰਸਥਾ ਭੰਡਾਰੇ ਨੇ ਅਸੀਂ ਇਹ ਸਾਰਿਆਂ ਨੇ ਪ੍ਰਣ ਲਿਆ ਗ੍ਰੀਨ ਡਰੀਮ ਵਾਲਿਆਂ ਨੇ ਦੋਸਤਾਂ ਨੇ ਸਾਰ ਰਲ ਕੇ ਵੀ ਅਸੀਂ ਜਿਹੜਾ ਘੱਟੋ ਘੱਟ ਜਿੱਥੋਂ ਅਸੀਂ ਰਿਟਾਇਰ ਹਾਂ ਘੱਟੋ ਘੱਟ ਪਹਿਲਾਂ ਸ਼ੁਰੂਆਤ ਤੋਂ ਹਰਾ ਤਰ੍ਹਾਂ ਅਸੀਂ ਆਪਦਾ ਦਫ਼ਤਰ ਜਿਹੜਾ ਛੱਡ ਕੇ ਗਏ ਹਾਂ ਉਹਨੂੰ ਕਰੀਏ, ਉਮੀਦ ਆ ਵੀ ਸਾਡਾ ਸਹਿਯੋਗ ਦਿਓਗੇ ਤੁਹਾਨੂੰ। ਉਮੀਦ ਕਰ ਸਕਦੇ ਕਿ ਲਗਾਤਾਰ ਜੀ ਬਿਲਕੁਲ ਅਸੀਂ ਲਗਾਤਾਰ ਤਾਂ ਬਣਾਵਾਂਗੇ, ਸਾਡੇ ਨਾਲ ਤਜਰਬੇਕਾਰ ਸਾਡੇ ਪਟੇਲਾ ਜੀ ਵੀ ਆਏ ਨੇ, ਅਸੀਂ ਇਹਨਾਂ ਦੀ ਸਲਾਹ ਲਵਾਂਗੇ, ਹੋਰ ਵੀ ਦੋਸਤ ਆਏ ਨੇ ਜਿਹੜੇ ਤਜਰਬਾ ਜਿਹਨਾਂ ਦਾ ਇਸ ਫੀਲਡ 'ਚ, ਉਹਨਾਂ ਦਾ ਸਹਿਯੋਗ ਲੈ ਕੇ ਅਸੀਂ ਬਿਲਕੁਲ ਚੜ੍ਹਦੀ ਕਲਾ 'ਚ ਕੰਮ ਕਰਾਂਗੇ। ਥੈਂਕ ਯੂ ਦਾ ਰੋਪਣ ਕੀਤਾ। ਦੇਖੋ ਜਿਵੇਂ ਕਿ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਵਾਤਾਵਰਨ ਦਾ ਟੈਂਪਰੇਚਰ ਕਿੰਨਾ ਵੱਧ ਰਿਹਾ ਔਰ ਸਾਰੇ ਹੀ ਪ੍ਰਯਾਸ ਕਰ ਰਹੇ ਹਾਂ ਵੀ ਆਪਾਂ ਵੱਧ ਤੋਂ ਵੱਧ ਗ੍ਰੀਨਰੀ ਕਰੀਏ। ਉਸੇ ਹੀ ਉਪਲਕਸ਼ ਦੇ ਅੱਜ ਸਾਡੇ SDO ਗੁੰਬਰ ਸਾਹਿਬ ਰਿਟਾਇਰਡ ਉਹਨਾਂ ਵੱਲੋਂ ਔਰ ਸਾਡੇ ਸਾਰੇ SDO ਵੱਲੋਂ ਔਰ ਸਾਡੇ PSPCL ਦੀ ਸਾਰੀ ਟੀਮ ਵੱਲੋਂ ਇੱਕ ਗ੍ਰੀਨ ਡਰੀਮ ਨਾਮ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਜਿਹਦੇ ਤਹਿਤ ਅੱਜ ਬਿਜਲੀ ਬੋਰਡ ਦਫ਼ਤਰ ਦੇ ਵਿੱਚ ਸਾਰੇ ਪੌਦੇ ਲਗਾਏ ਜਾ ਰਹੇ ਨੇ, ਜਿਹੜੇ ਕਿ ਗਾਰਡ ਨੇ ਸਾਨੂੰ ਕਮੇਟੀ ਵੱਲੋਂ ਕੁਛ ਉਪਲਬਧ ਕਰਾਏ ਗਏ ਨੇ ਔਰ ਕੁਛ ਸਾਨੂੰ ਵੱਖ ਵੱਖ ਸੰਸਥਾਵਾਂ ਵੱਲੋਂ ਉਪਲਬਧ ਕਰਾਏ ਗਏ ਨੇ। ਸਾਡੀ ਟੀਮ ਵੱਲੋਂ ਪੌਦੇ ਲਗਾਉਣ ਦੇ ਨਾਲ ਨਾਲ ਇਹ ਵੀ ਪ੍ਰਣ ਲਿਆ ਗਿਆ ਵੀ ਪੌਦੇ ਲਗਾਉਣ ਦੇ ਨਾਲ ਸਭ ਤੋਂ ਉਸ ਤੋਂ ਜ਼ਰੂਰੀ ਕੰਮ ਉਹਨੂੰ ਪਾਲਣਾ ਔਰ ਸਾਡੀ ਅਸੀਂ ਮੈਂਬਰ ਡਿਊਟੀ ਲਗਾ ਕੇ ਟਰਮ ਵਾਈਜ਼ ਡਿਊਟੀ ਲਗਾ ਕੇ ਅਸੀਂ ਇਹਦਾ ਪਾਲਣ ਪੋਸ਼ਣ ਵੀ ਕਰਾਂਗੇ ਜਦੋਂ ਤੱਕ ਪੌਦਾ ਵੱਡਾ ਨਹੀਂ ਹੋ ਜਾਂਦਾ। ਔਰ ਮੇਰੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਭ ਨੂੰ ਅਪੀਲ ਵੀ ਹੈ ਵੀ ਇਹ ਮੌਸਮ ਵੀ ਹੁਣ ਬਾਰਿਸ਼ਾਂ ਦਾ ਸਾਵਾਂ ਦਾ ਮਹੀਨਾ ਸ਼ੁਰੂ ਹੋ ਚੁੱਕਿਆ, ਜਿੱਥੇ ਵੀ ਤੁਹਾਨੂੰ ਜਗ੍ਹਾ ਲੱਭਦੀ ਹੈ ਸੂਟੇਬਲ ਲੱਗਦੀ ਹੈ ਉੱਥੇ ਘੱਟੋ ਘੱਟ, ਵੈਸੇ ਕਹਿੰਦੇ ਨੇ ਹਰੇਕ ਇਨਸਾਨ ਨੂੰ ਆਹ ਵੀ ਜ਼ਿੰਦਗੀ 'ਚ ਇੱਕ ਪੌਦਾ ਲਗਾ ਕੇ ਉਹਨੂੰ ਪਾਲਣਾ ਜ਼ਰੂਰ ਚਾਹੀਦਾ। ਇਸ ਕਰਕੇ ਸਭ ਨੂੰ ਬੇਨਤੀ ਹੈ ਵੀ ਜਿੱਥੇ ਵੀ ਤੁਹਾਨੂੰ ਜਗ੍ਹਾ ਲੱਗੇ ਉੱਥੇ ਇੱਕ ਪੌਦਾ ਜ਼ਰੂਰ। ਫੁਟੇਲਾ ਜੀ ਕਿਹਾ ਜਾ ਰਿਹਾ ਵੀ ਵਾਤਾਵਰਨ ਬਦਲ ਰਿਹਾ ਪਰ ਤੁਸੀਂ ਵਾਤਾਵਰਨ ਨੂੰ ਦੁਬਾਰਾ ਸੁਧਾਰਨ ਦਾ ਵੱਡਾ ਕਦਮ ਚੱਕਿਆ, ਭਾਵੇਂ ਸ਼ਹਿਰ ਦੀ ਗੱਲ ਹੋਵੇ ਤੇ ਦਫ਼ਤਰਾਂ ਦੀ ਗੱਲ ਹੋਵੇ, ਇਹ ਕਿਵੇਂ ਆਈਡੀਆ ਆਇਆ ਜੀ ਤੇ ਕੀ ਕੰਮ ਕੀਤਾ ਜਾਂਦਾ? ਦੇਖੀਏ, ਇਹ ਨਹੀਂ ਕਹਿ ਸਕਦੇ ਕਿ ਮੈਂ ਜਾਂ ਇਕੱਲੇ ਕਿਸੇ ਵਿਅਕਤੀ ਨੇ ਟੀਚਾ ਲਿਆ। ਅਗਰ ਫਾਜ਼ਿਲਕਾ ਦੇ ਇਸ ਵਾਰ ਜੋ ਮਾਹੌਲ ਬਣਿਆ ਉਹ ਸਾਰੀਆਂ ਹੀ ਸੰਸਥਾਵਾਂ ਦੀ ਮਿਹਨਤ ਸਦਕਾ ਬਣਿਆ। ਔਰ ਜੇ ਇੱਥੇ ਦੀ ਗੱਲ ਕਰੀਏ, ਰਿਟਾਇਰਮੈਂਟ ਤੋਂ ਬਾਅਦ ਆਪਦੀ ਕਰਮ ਭੂਮੀ ਦੇ ਨਾਲ ਇੰਨਾ ਪਿਆਰ ਦੇਖ ਕੇ ਮੈਨੂੰ ਵੀ ਬਹੁਤ ਖੁਸ਼ੀ ਹੋਈ ਹੈ ਕਿ ਰਿਟਾਇਰ ਹੋ ਜਾਣ ਦੇ ਬਾਅਦ ਆਪਣੇ ਉਸ ਆਫਿਸ ਦੇ ਵਿੱਚ ਆ ਕੇ ਇਸ ਤਰ੍ਹਾਂ ਗ੍ਰੀਨਰੀ ਦੀ ਸ਼ੁਰੂਆਤ ਕਰਨੀ, ਗ੍ਰੀਨ ਡਰੀਮਸ ਮੁਹਿੰਮ ਤੋਂ ਬੜਾ ਹੀ ਅੱਛਾ ਇੱਕ ਸ਼ਲਾਘਾ ਜੋ ਕਰਿਆ ਹੈ ਰਮੇਸ਼ ਗੁੰਬਰ ਜੀ ਨੇ, ਸੰਧੂ ਸਾਹਿਬ ਨੇ, ਭਜਨ ਲਾਲ ਜੀ ਨੇ, ਸਾਡੀ ਟੀਮ ਨੂੰ ਵੀ ਇੱਥੇ ਮੌਕਾ ਦਿੱਤਾ ਤਾਂ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਕੀ ਲੱਗਦਾ ਵੀ ਇਸ ਤਰ੍ਹਾਂ ਨਾਲ ਮਾਹੌਲ ਵਾਤਾਵਰਨ 'ਚ ਫਰਕ ਆਉਣ ਵਾਲੇ ਸਮੇਂ ਹੋਊਗਾ? ਦੇਖੋ ਜੇ ਇਸ ਸਾਲ ਦੀ ਗੱਲ ਕਰੀਏ ਤਾਂ ਇਸ ਸਾਲ ਵਾਤਾਵਰਨ ਬੜਾ ਅੱਛਾ ਕ੍ਰੀਏਟ ਹੋਇਆ ਵੀ ਲੋਕ ਲੱਗ ਚੁੱਕੇ ਹੈ, ਸੰਸਥਾਵਾਂ ਲੱਗ ਚੁੱਕੀਆਂ, ਕੁਛ ਇੱਕ ਸੰਸਥਾਵਾਂ ਹੈ, ਹੋ ਸਕਦਾ ਹੈ ਜਿਵੇਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਜਾਗਰੂਕਤਾ ਵੱਧ ਰਹੀ ਹੈ, ਜੋ ਤੁਹਾਡਾ ਰੋਲ ਹੈ ਉਹਨੂੰ ਵੀ ਦਰਕਿਨਾਰ ਨਹੀਂ ਕੀਤਾ ਜਾ ਸਕਦਾ, ਤੁਹਾਡੇ ਪ੍ਰਯਾਸਾਂ ਨਾਲ ਹੀ ਹੈ ਕਿ ਲੋਕ ਜਾਗਰੂਕ ਹੋਏ ਹੈ। ਤਾਂ ਉਮੀਦ ਹੈ ਕਿ ਅਗਰ ਇਹ ਲਹਿਰ ਇਸ ਤਰ੍ਹਾਂ ਹੀ ਚੱਲਦੀ ਰਹੀ ਤਾਂ ਤੁਸੀਂ 4 ਸਾਲ 3 ਸਾਲ 5 ਸਾਲ 4-5 ਸਾਲ ਦਾ ਪੀਰੀਅਡ ਦੇ ਵਿੱਚ ਤੁਸੀਂ ਦੇਖੋਗੇ ਕਿ ਫਾਜ਼ਿਲਕਾ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਹਰਾ ਭਰਾ ਸ਼ਹਿਰ ਨਜ਼ਰ ਆਏਗਾ।
ABN न्यूज चैनल देखने वाले सभी दर्शकों से हम अपील करते हैं कि ABN न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।